ਅੱਛਾ ਜੀ, ਆ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ। ਅੱਜ ਆਪਾਂ ਖੜੇ ਟੁੰਗ ਵਾਲੀ ਮੰਡੀ। ਇਹ ਮੰਡੀ ਮਸ਼ਹੂਰ ਹੈ ਜੀ ਬੱਕਰੀਆਂ ਦੇ ਕਰਕੇ, ਤੇ ਅੱਜ ਦਾ ਤੁਹਾਨੂੰ ਮਾਹੌਲ ਦਿਖਾਉਣੇ ਆ ਵੀ ਇੱਥੇ ਕੀ ਆ, ਤੇ ਵੀਡੀਓ ਨੂੰ ਲਾਈਕ ਚੱਲਿਆ ਜੀ, ਤੇ ਦਿਖਾਉਣੇ ਤੁਹਾਨੂੰ ਕਿਹੜੇ ਕਿਹੜੀ ਵਰਾਇਟੀ ਆਈ ਆ ਬੱਕਰੀਆਂ ਦੀ, ਤੇ ਨਾਲੇ ਰੇਟ ਵੀ ਦੱਸਾਂਗੇ। ਆ ਜਾਓ ਵੀਡੀਓ ਨਾਲ ਬਣੇ ਰਿਹਾ ਜੇ, ਤੇ ਨਾਲੇ ਮਿਲਾਉਣੇ ਇੱਕ ਖਾਸ ਬੰਦੇ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਿਹਾ ਜੀ, ਖਾਸ ਬੰਦੇ ਨਾਲ ਵੀ ਮਿਲਾਵਾਂਗੇ। ਮੈਂ ਦੇਖੋ ਤੇ ਆਹ ਦੇਖੋ ਵਰਾਇਟੀ ਚੜ੍ਹਦੀ ਤੋਂ ਚੜ੍ਹਦੀ ਆਉਂਦੀ ਹੈ ਇੱਥੇ, ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੀ। ਇਹ ਆ ਤੁੰਗ ਵਾਲੀ ਮੰਡੀ, ਸਭ ਨਾਲੋਂ ਵੱਡੀ ਮੰਡੀ ਆ ਇੱਥੇ ਬੱਕਰੀਆਂ ਦੀ, ਖਾਸ ਕਰਕੇ ਬੱਕਰੇ ਬੱਕਰੀਆਂ ਬੀਟਲ ਨਸਲ, ਕੋਈ ਨਸਲ ਇਹੋ ਜਿਹੀ ਨਹੀਂ ਜਿਹੜੀ ਨਾ ਆਵੇ ਇੱਥੇ, ਤੇ ਵੀਡੀਓ 'ਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਹੈ ਨਾ। ਮੈਂ ਦੇਖੋ ਕਿੰਨੇ ਲਿਆ ਲਿਆ ਕੇ ਬੰਨੇ ਹੋਏ ਨੇ, ਤੇ ਕਰਾਉਣੇ ਆ ਨਾਲੇ ਗੱਲਬਾਤ, ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰਿਆਂ ਨਾਲ ਪਹਿਲਾਂ, ਤੇ ਲਾਈਕ ਕਰ ਦਿਆ ਜੀ, ਤੇ ਜੇ ਵਧੀਆ ਰਿਸਪੋਂਸ ਮਿਲਿਆ ਅੱਗੇ ਤੋਂ ਫਿਰ ਆਪਾਂ ਆਵਾਂਗੇ ਇੱਥੇ ਮੰਡੀ ਦੇ ਵਿੱਚ। ਤੇ ਤੁੰਗ ਵਾਲੀ ਮੰਡੀ ਲੱਗਦੀ ਆ ਕੋਟ ਸ਼ਮੀਰ ਤੋਂ 6-7 ਕਿਲੋਮੀਟਰ ਦੂਰ ਹੈ, ਬਠਿੰਡਾ ਜਿਹੜਾ ਜ਼ਿਲ੍ਹਾ ਪੈਂਦਾ ਇਹਨਾਂ ਨੂੰ ਬਠਿੰਡਾ ਪੈਂਦਾ ਜੀ, ਠੀਕ ਹੈ। ਤੇ ਪੰਜਾਬ ਦੀ ਸਭ ਨਾਲੋਂ ਵੱਡੀ ਮੰਡੀ ਆ, ਦੇਖੋ ਕਿੰਨੀਆਂ ਵਰਾਇਟੀਆਂ ਆਈਆਂ ਨੇ, ਹਰ ਇੱਕ ਵਰਾਇਟੀ ਬਾਰੇ ਪਤਾ ਕਰਾਂਗੇ। ਤੇ ਅਗਾਂਹ ਪਾਰਟ ਵੀ ਆਉਣਗੇ ਵੀਡੀਓ ਦੇ, ਜਿਹੜੇ ਬੰਦੇ ਨੇ ਇਹ ਵੀਡੀਓ ਦੇਖੀ ਉਹ ਪਾਰਟ ਵੀ ਜ਼ਰੂਰ ਦੇਖਿਆ ਜੇ। ਹਰ ਇੱਕ ਤਰ੍ਹਾਂ ਦੀ ਨਸਲ ਆਉਂਦੀ ਇੱਥੇ, ਮੰਡੀ ਬਹੁਤ ਵੱਡੀ ਆ, ਦਿਖਾਉਣੇ ਆ ਤੁਹਾਨੂੰ ਬੱਕਰੀਆਂ।